ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹੈਰੀ ਅਤੇ ਅੱਜ ਆਪਾਂ ਥੋੜ੍ਹਾ ਜਿਹਾ ਬਾਹਰ ਆਏ ਹਾਂ ਤੈਬੀ ਨੂੰ ਘੁਮਾਉਣ ਦੇ ਲਈ। ਮੌਸਮ ਵੀ ਵਧੀਆ ਸੀ, ਅੱਜ ਕੰਮ ਤੋਂ ਜਲਦੀ ਛੁੱਟੀ ਹੋ ਗਈ ਸੀਗੀ ਅਤੇ ਸਾਡਾ ਪਹਿਲਾ ਵਲੌਗ ਆ ਅਤੇ ਇੰਟਰੋਡਕਸ਼ਨ ਵਲੌਗ ਆ ਅਤੇ ਆਪਾਂ ਨਿਊ ਬ੍ਰਾਂਸਵਿਕ ਦੇ ਵਿੱਚ ਫੜਿਕਨ ਸਿਟੀ ਦੇ ਵਿੱਚ ਰਹਿੰਦੇ ਹਾਂ। ਕੋਈ ਬਾਹਲੀ ਵੱਡੀ ਸਿਟੀ ਨਹੀਂ ਹੈਗੀ, ਛੋਟੀ ਸਿਟੀ ਆ, ਕੋਈ ਜ਼ਿਆਦਾ ਡਿਵੈਲਪਿੰਗ ਨਹੀਂ ਹੈਗਾ, ਛੋਟਾ ਜਿਹਾ ਏਰੀਆ ਆ। ਆਹ ਮੈਕਸੀਮਮ ਆਹ ਕਹਿ ਲਓ ਜਿਹੜੀ ਆ ਬਿਲਡਿੰਗ ਬਣੀ ਹੋਈ ਹੈ ਨਾ, ਇਹ ਸਭ ਤੋਂ ਟਾਲੈਸਟ ਬਿਲਡਿੰਗ ਆ ਇਹ, ਅਤੇ ਆਪਣੀ ਹੈਗੀ ਅਪਾਰਟਮੈਂਟ ਬਿਲਡਿੰਗ ਜਿੱਥੇ ਆਪਾਂ ਨੇ ਅਪਾਰਟਮੈਂਟ ਲਿਆ ਹੋਇਆ। ਸਾਰੀਆਂ ਅਪਾਰਟਮੈਂਟ ਬਿਲਡਿੰਗਸ ਹੀ ਨੇ, ਤੁਸੀਂ ਦੇਖੋਗੇ ਉਹ ਇੱਧਰ ਇੱਧਰ ਪਿੱਛੇ ਵੀ ਜਾ ਕੇ ਸਾਰੀਆਂ ਇਹ ਅਪਾਰਟਮੈਂਟ ਬਿਲਡਿੰਗਸ ਨੇ। ਹੁਣ ਆਪਾਂ ਚੱਲਦੇ ਹਾਂ ਅੱਗੇ, ਹੌਲੀ ਹੌਲੀ ਥੋੜ੍ਹੀ ਵਾਕ 'ਤੇ ਜਾਂਦੇ ਹਾਂ ਅਤੇ ਥੋੜ੍ਹੀਆਂ ਥੋੜ੍ਹੀਆਂ ਆਪਾਂ ਗੱਲਾਂ ਕਰਦੇ ਹਾਂ। ਫੈਮਿਲੀ ਇੰਟਰੋਡਕਸ਼ਨ ਦੇ ਵਿੱਚ ਆਹ ਰਾਜ ਆ ਅਤੇ ਆਹ ਸਾਡਾ ਡੈਵੀ ਆ। ਡੈਵੀ ਸਾਡਾ ਬੜਾ ਇਲਤੀ ਆ, ਕਾਬੂ ਆਉਂਦਾ ਨਹੀਂ ਹੈਗਾ ਇਹ। ਡੈਵੀ ਓਏ, ਉਹ ਡੈਵੀ ਉਹ ਕੀ ਕਰਦਾ ਤੂੰ, ਹਾਂ ਕਿੱਥੇ ਚੱਲਿਆ, ਘੁੰਮੀ ਕਰਨ ਚੱਲਿਆ। ਸੋ ਥੋੜ੍ਹੀ ਦੂਰ ਜਾ ਕੇ ਇੱਕ ਬੋਟੈਨਿਕ ਗਾਰਡਨ ਆ, ਲਾਈਕ 500 meters ਦੀ ਦੂਰੀ 'ਤੇ, 10-15 minutes ਦੀ ਵਾਕ 'ਤੇ ਆਪਾਂ ਜੀ ਜਾਂਦੇ ਹਾਂ ਤਾਂ ਬੋਟੈਨਿਕ ਗਾਰਡਨ ਆ ਉੱਥੇ। ਉੱਥੇ ਬੇਸਬਾਲ ਗਰਾਊਂਡ ਬਣਿਆ ਹੋਇਆ ਅਤੇ ਥੋੜ੍ਹੇ ਬਹੁਤ ਝੂਲੇ ਵੀ ਨੇ। ਸੋ ਹੁਣ ਅਸੀਂ ਉਹਨੂੰ ਉੱਥੇ ਚੱਲੇ ਬਾਏ ਵਾਕ ਚੱਲ ਜਾਂਦੇ ਹਾਂ। ਵਾਕ ਕਰਨ ਨੂੰ ਟਰਾਇਲਸ ਬਣੀਆਂ ਹੋਈਆਂ, ਸਭ ਤੋਂ ਬੜੀ ਗੱਲ ਆ ਟਰਾਇਲ ਆ, ਉਹ ਟਰਾਇਲ ਘੱਟੋ ਘੱਟ 7 kilometers ਲੰਬੀ ਟਰਾਇਲ ਆ ਉਹ ਜਿਹੜੀ ਬਣੀ ਹੋਈ ਆ ਉੱਥੇ। ਸੋ ਹੁਣ ਚੱਲਦੇ ਹਾਂ ਆਪਾਂ ਹੌਲੀ ਹੌਲੀ, ਸਲੋ ਸਲੋ ਦੇਖਦੇ। ਕੰਫਰਟ ਇੰਨਾ ਹੋਟਲ ਆ ਗਿਆ ਨਾਲ ਅਤੇ ਸ਼ੈਵਲਿਆਂ ਏਜੰਸੀ ਆ ਗਈ। ਇੱਧਰ ਦੇਖੇਗੇ ਉਹ ਈਸਟਰਨ ਕਾਲਜ ਆ ਗਿਆ, ਪ੍ਰਾਈਵੇਟ ਕਾਲਜ ਆ ਇਹ। ਇਹਦੇ ਬਾਰੇ ਵੀ ਦੱਸਾਂਗੇ ਆਪਾਂ ਤੁਹਾਨੂੰ, ਸਟੱਡੀ ਬਾਰੇ ਕਿਹੜੇ ਕਿਹੜੇ ਆਪਸ਼ਨਸ ਨੇ ਇੱਥੇ, ਅਗਰ ਕਿਸੇ ਨੇ ਸਟੂਡੈਂਟ ਵੀਜ਼ਾ ਲਗਾਉਣਾ ਆ ਆਹ ਪ੍ਰੋਵਿੰਸ ਦਾ ਤਾਂ ਕਿਹੜੇ ਕਿਹੜੇ ਕਾਲਜ ਦੀ ਆਪਸ਼ਨ ਹੈਗੀ ਆ ਅਤੇ ਕਿਹੜੇ ਕਿਹੜੇ ਕੋਰਸ ਅਵੇਲੇਬਲ ਨੇ, ਕਿਹੜੇ ਕਿਹੜੇ ਕੋਰਸ ਵਿੱਚ ਤੁਸੀਂ ਆ ਸਕਦੇ ਹੋ, ਇਹਦੇ ਬਾਰੇ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਜੋ ਟਾਈਮ ਲੱਗੇ ਵੀਡੀਓ ਬਣਾਉਣ ਦਾ। ਸੋ ਆਪਾਂ ਚੱਲਦੇ ਹਾਂ ਹੁਣ ਬੋਟੈਨਿਕ ਗਾਰਡਨ ਵੱਲ, ਹੌਲੀ ਹੌਲੀ ਵਾਈਫ ਵਾਕ। ਲਓ ਜੀ ਆਪਾਂ ਬੋਟੈਨਿਕ ਗਾਰਡਨ ਪਹੁੰਚ ਚੁੱਕੇ ਹਾਂ। ਆ ਪਾਰਕਿੰਗ ਸਪੋਟ ਆ ਅਤੇ ਆ ਬੇਸਬਾਲ ਦਾ ਗਰਾਊਂਡ ਆ ਗਿਆ, ਉਹਦੇ ਪਿੱਛੇ ਵੀ ਬੇਸਬਾਲ ਦੇ 2 grounds ਨੇ, ਟੋਟਲ ਮਿਲਾ ਕੇ 3 baseball ਦੇ ਇੱਥੇ ਗਰਾਊਂਡ ਨੇ। ਅਤੇ ਅੱਗੇ ਜਾ ਕੇ ਟ੍ਰੇਲਸ ਆ ਜਾਂਦੀਆਂ ਨੇ, ਉਹ ਵੀ ਤੁਹਾਨੂੰ ਦਿਖਾਵਾਂਗੇ। ਸੋ ਚੱਲਦੇ ਹਾਂ ਆਪਾਂ, ਕਿੱਦਾਂ ਜਾਏਗਾ ਡੈਵੀ ਦੱਸ, ਕਿੱਥੇ ਖੇਡਣਾ, ਖੇਡੀ ਕਿੱਥੇ ਕਰਨੀ ਤੂੰ, ਕਿੱਥੇ ਜਾਣਾ ਤੂੰ, ਉਹ ਪੁੱਤੂ ਚੱਲ ਕਿੱਥੇ ਜਾਣਾ ਦੱਸ, ਗਿਰਨਾ ਜਾਈ ਸੱਟ ਲੱਗੂਗੀ। ਡੈਵਿੰਗ ਲੈ ਕੇ ਚੱਲਦੇ ਹਾਂ ਆਪਾਂ, ਉੱਥੇ ਬੱਚੇ ਵੀ ਖੇਡ ਰਹੇ ਨੇ ਅੱਜ, ਛੋਟੇ ਛੋਟੇ ਬੱਚਿਆਂ ਦੀ ਅੱਜ ਗੇਮ ਲੱਗਦੀ ਆ ਮੈਨੂੰ, ਗੇਮ ਖਤਮ ਕਰਕੇ ਆਏ ਨੇ। ਚਲੋ ਅੱਗੇ ਚੱਲ ਕੇ ਦੇਖਦੇ ਹਾਂ ਕੀ ਆ ਬੋਟੈਨਿਕ ਗਾਰਡਨ ਦੇ ਵਿੱਚ। ਸੋ ਇੱਥੋਂ ਟ੍ਰੇਲਸ ਸ਼ੁਰੂ ਹੁੰਦੀਆਂ ਨੇ ਓਡਲ ਪਾਰਕ ਦੀਆਂ। ਓਡਲ ਪਾਰਕ ਇੱਥੋਂ 5 kilometers ਦੂਰ ਹੈ ਇੱਥੋਂ, ਅਤੇ ਆ ਜਾਂਦਾ ਹੈ ਅਤੇ ਇਹਦਾ ਡਾਊਨ ਵੀ ਜਾਂਦਾ ਹੇਠ ਵੱਲ, 2 ways ਨੇ। ਆਹ ਟ੍ਰੇਲਸ ਬਣੀਆਂ ਹੋਈਆਂ, ਸਾਈਕਲਿੰਗ ਵਾਕਿੰਗ ਰਨਿੰਗ ਅਗਰ ਤੁਸੀਂ ਕਰਨੀ ਆ ਤਾਂ ਬੈਸਟ ਆ, ਅਤੇ ਡਰਾਵਣਾ ਆ ਪੂਰਾ। ਚੱਲ ਪਤਾ ਆਇਆ, ਓਏ ਡੈਵੀ ਪਤਾ ਕਿਵੇਂ ਬੇਇੱਜ਼ਤੀ ਕਰਾ ਰਹੇ ਹਾਂ, ਉਹਦੇ ਮੰਮਾ ਉਹ ਮੰਮਾ ਉਹ ਜਾ ਰਹੇ ਦੇਖ, ਚੱਲ ਮੰਮਾ ਕੋਲ ਚੱਲ, ਆਪਾਂ ਅੰਦਰ ਨੂੰ ਚੱਲਦੇ ਹਾਂ ਆ ਜਾ, ਚੱਲ ਚੱਲ ਪੁੱਤ ਚੱਲ। ਚਲੋ ਆਪਾਂ ਹੁਣ ਟ੍ਰੇਲਸ ਦੇ ਵਿੱਚ ਚੱਲਦੇ ਹਾਂ, ਟ੍ਰੇਲਸ ਦੇ ਵਿੱਚ ਚੱਲ ਵੀ ਡੈਵੀ ਆ ਜਾ। ਓਡਲ ਪਾਰਕ ਟ੍ਰੇਲਸ, ਇੱਥੇ ਦੀ ਲੈਂਥ ਵਗੈਰਾ ਦੱਸੀ ਹੋਈ ਆ, ਨਹੀਂ ਦੱਸੀ ਹੋਈ, ਵਾਰਨਿੰਗ ਉਹਨਾਂ ਦੱਸੀ ਹੋਈ ਆ ਵੀ 2 meters ਦਾ ਡਿਸਟੈਂਸ ਵਗੈਰਾ ਰੱਖਣਾ ਆ, ਸੈਨੀਟਾਈਜ਼ ਵਗੈਰਾ ਕਰਨਾ ਸਭ ਕੁਛ। ਚਲੋ ਜੀ
ਆਪਣੀਆਂ ਟ੍ਰਾਇਲਸ ਹੁੰਦੀਆਂ ਨੇ ਸ਼ੁਰੂ ਇੱਥੋਂ, ਚੱਲ ਵੀ ਡੈਵੀ ਓਏ ਕਿੱਥੇ ਲਿਆ। ਸੋ ਥੋੜ੍ਹੀ ਅੱਗੇ ਅੱਗੇ ਮੈਂ ਇਨਫੋਰਮੇਸ਼ਨ ਦਊਗਾ ਜਵਾਕਾਂ ਦੇ ਕੰਮ ਦੇ, ਸਾਰੇ ਜਵਾਕਾਂ ਨੂੰ ਇਹਦਾ ਚਾਅ ਹੁੰਦਾ ਪ੍ਰੋਡਿਕਟਨ ਬਾਰੇ। ਜੇ ਕਿਸੇ ਸਟੂਡੈਂਟ ਨੇ ਟੋਰਾਂਟੋ ਬਰੈਂਪਟਨ ਜਾਂ ਹੋਰ ਸਿਟੀ ਤੋਂ PR ਲਈ ਮੂਵ ਹੋਣਾ, ਉਹਦੇ ਲਈ ਕਿਹੜੀਆਂ ਕਿਹੜੀਆਂ ਗੱਲਾਂ ਹੈਲਪਫੁਲ ਹੋ ਸਕਦੀਆਂ ਨੇ। ਪ੍ਰੋਡਿਕਟਨ ਸਿਟੀ ਇੱਦਾਂ ਹੈ ਕਿ ਸੈਂਡ ਜ਼ੋਨ ਰੀਵਰ 'ਤੇ ਬਣਿਆ ਹੋਇਆ, ਅਤੇ ਸੈਂਡ ਜ਼ੋਨ ਰੀਵਰ 'ਤੇ ਬਣ ਕੇ ਬਣੇ ਹੋਣ ਕਰਕੇ ਇਹਦਾ ਨੌਰਥ ਸਾਈਡ ਅਤੇ ਸਾਊਥ ਸਾਈਡ ਦੇ ਵਿੱਚ ਇਹ ਡਿਵਾਈਡ ਹੋਇਆ ਹੋਇਆ, ਤਾਂ ਇਹਦੀਆਂ ਦੋ ਸਾਈਡਸ ਨੇ ਅਤੇ ਦੋਨੋਂ ਸਾਈਡਸ ਹੀ ਪੂਰੀਆਂ ਡਿਵੈਲਪ ਨੇ, ਲਾਈਕ ਇੰਨੀਆਂ ਨਹੀਂ ਕਹਿ ਸਕਦੇ ਆਪਾਂ, ਬਟ ਡਿਵੈਲਪ ਨੇ। ਹਾਂ, ਨੌਰਥ ਸਾਈਡ ਇਹ ਆ ਕਿ ਥੋੜ੍ਹਾ ਜਿਹਾ ਘੱਟ ਆ, ਅਤੇ ਸਾਊਥ ਸਾਈਡ ਆ ਜਿਹੜੀ ਉਹ ਜ਼ਿਆਦਾ ਹੈ, ਹਿਲੀ ਏਰੀਆ ਆ, ਤਾਂ ਇਹਨੂੰ ਡਾਊਨ ਟਾਊਨ ਅਤੇ ਅਪ ਡਾਊਨ ਦੋਨੋਂ ਕਹਿੰਦੇ ਨੇ। ਸਿੱਧਾ ਜਾਣਾ ਆਪਾਂ ਨੇ, ਆਹ ਟ੍ਰਾਇਲ ਆ ਇੱਕ ਇੱਧਰ ਨੂੰ ਉਹ ਹੋ ਗਈ, ਅਤੇ ਅੱਗੇ ਵੀ ਇੱਦਾਂ ਹੀ ਇਹਨੇ ਦੋ ਰਸਤੇ ਦੇ ਵਿੱਚ ਡਿਵਾਈਡ ਹੋ ਜਾਣਾ। ਹੁਣ ਸਾਨੂੰ ਕੁਛ ਮਿਲ ਗਏ ਨੇ, ਹੁਣ ਆਪਾਂ ਵੀਡੀਓ ਫਿਰ ਬਣਾਵਾਂਗੇ, 2B ਕੰਟੀਨਿਊ ਕਰਦੇ ਹਾਂ ਇੱਥੋਂ, ਇਹ ਤੋਂ ਅਗਲੀ ਵੀਡੀਓ Part 2 ਦੇ ਵਿੱਚ ਕਰਾਂਗੇ। ਸੋ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਆਪਣਾ ਖਿਆਲ ਰੱਖਿਓ, ਬਾਏ ਬਾਏ, ਮਿਲਦੇ ਹਾਂ। ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਦਿਓ, ਅਤੇ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਆਪਾਂ। ਬਾਏ ਬਾਏ।